ਪੰਜਾਬ ਵਿੱਚ ਜਿੱਤ ਦਾ ਝੰਡਾ ਲਹਿਰਾਉਣ ਦਾ ਸੁਪਨਾ ਦੇਖ ਰਹੇ ਅਰਵਿੰਦ ਕੇਜਰੀਵਾਲ ਤੇ ਦਲਿਤ ਵਿਰੋਧੀ ਹੋਣ ਦੇ ਇਲਜ਼ਾਮ ਲਾਏ ਗਏ ਨੇ ਤੇ ਇਹ ਇਲਜ਼ਾਮ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਮਰਹੂਮ ਕਾਂਸ਼ੀ ਰਾਮ ਦੀ ਭੈਣ ਨੇ ਲਾਏ ਨੇ ਜਿਸ ਤੋਂ ਬਾਅਦ ਵਿਰੋਧੀ ਧਿਰਾਂ ਨੇ ਵੀ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲਿਆ। ਇਹ ਹਨ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਕਾਂਸ਼ੀ ਰਾਮ ਦੀ ਭੈਣ ਸਵਰਨ ਕੌਰ ਜਿਨ੍ਹਾਂ ਨੇ ਪੰਜਾਬ ਵਿੱਚ ਦਿੱਲੀ ਵਰਗਾ ਇਤਿਹਾਸ ਰਚਣ ਦਾ ਦਾਅਵਾ ਕਰਨ ਵਾਲੀ ਅਰਵਿੰਦ ਕੇਜਰੀਵਾਲ ਤੇ ਕਈ ਸਵਾਲ ਖੜੇ ਕੀਤੇ ਨੇ। ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਖਾਸ ਗੱਲਬਾਤ ਦੇ ਵਿੱਚ ਸਵਰਨ ਕੌਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਦਲਿਤਾਂ ਦੇ ਪ੍ਰਤੀ ਚੰਗਾ ਰਵੱਈਆ ਨਹੀਂ ਹੈ। ਉਹਨਾਂ ਦਿੱਲੀ ਸਰਕਾਰ ਵੱਲੋਂ ਦਲਿਤਾਂ ਦੇ ਬਜਟ 'ਚ ਕੀਤੀ ਗਈ ਕਟੌਤੀ ਲਈ ਕੇਜਰੀਵਾਲ ਤੇ ਨਿਸ਼ਾਨਾ ਸਾਧਿਆ। ਸਵਰਨ ਕੌਰ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਜੋ ਚੰਗੇ ਲੋਕ ਸਨ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਹੈ। ਉਹਨਾਂ ਸੁੱਚਾ ਸਿੰਘ ਛੋਟੇਪੁਰ ਦੀ ਜੰਮ ਕੇ ਤਾਰੀਫ ਕੀਤੀ ਅਤੇ ਉਹਨਾਂ ਨੂੰ ਇੱਕ ਇਮਾਨਦਾਰ ਵਿਅਕਤੀ ਦੱਸਿਆ। ਕੇਜਰੀਵਾਲ ਨਾਲ ਤਾਂ ਇੱਥੇ ਝੂਠ ਸੱਚ ਬੋਲ ਕੇ ਦਿੱਲੀ ਬਹਿ ਜਾਣਗੇ। ਦੇਖੋ ਦਲਿਤਾਂ ਦੇ ਨਾਲ ਦੀ ਗੱਲ ਸੁਣ ਲਓ ਕਿ ਦਿੱਲੀ ਦੇ ਵਿੱਚ 950 ਕਰੋੜ ਦਾ ਬਜਟ ਤਾ, 100 ਕਰੋੜ ਕਿਉਂ ਘਟਾਇਆ? ਗਰੀਬ ਲੋਕਾਂ ਦਾ 100 ਕਰੋੜ ਬਜਟ ਕਿਉਂ ਘਟਾਇਆ? ਕਿ ਗਰੀਬ ਲੋਕਾਂ ਦਾ ਕੋਈ ਭਲਾ ਨਾ ਹੋਵੇ ਕਿ ਫਿਰ ਉਹ ਪੰਜਾਬ ਵਿੱਚ ਵੀ ਇਹੀ ਕੰਮ ਕਰਨਗੇ? ਪੰਜਾਬ ਵਿੱਚ ਵੀ ਦਲਿਤ ਲੋਕ ਜਿਹੜੇ ਚਾਹੁੰਦੇ ਆ ਵੀ ਸਾਨੂੰ ਕੁਛ ਨਾ ਕੁਛ ਮਿਲਣਾ ਚਾਹੀਦਾ, ਜਦ ਬਜਟ ਹੀ ਘਟਾ ਦੇਣਾ, ਪੈਸਾ ਹੀ ਘਟਾ ਦੇਣਾ, ਤਾਂ ਉਹਨਾਂ ਨੂੰ ਕਦ ਕਿੱਥੇ ਤੇ ਸਹਾਰਾ ਮਿਲੂੰਗਾ? ਪਰ ਹੁਣ ਇਹ ਪਾਰਟੀ ਦਾ ਤਾਂ ਦੇਖੋ, ਇਹ ਤਾਂ ਜ਼ਿਆਦਾ ਕਰਕੇ ਛੋਟੇ ਵੱਲੋਂ ਪਤਾ ਬੰਦਾ ਉਹ ਇਮਾਨਦਾਰ, ਇੱਜ਼ਤਦਾਰ, ਜਿਸ ਤਰ੍ਹਾਂ ਕਹਿੰਦੇ ਕੋਈ ਦਲਾਲ ਵੀ ਹੈ ਨਹੀਂ ਉਹ। ਕਾਂਸ਼ੀ ਰਾਮ ਦੀ ਭੈਣ ਦੇ ਨਾਲ ਇਲਜ਼ਾਮਾਂ ਦੇ ਬਾਅਦ ਵਿਰੋਧੀਆਂ ਨੂੰ ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਸਾਧਨ ਦਾ ਮੌਕਾ ਮਿਲ ਗਿਆ। ਪੰਜਾਬ ਦੇ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੱਤਾ ਹਾਸਲ ਕਰਕੇ ਲੋਕਾਂ ਨੂੰ ਧੋਖਾ ਦੇਣਾ ਅਰਵਿੰਦ ਕੇਜਰੀਵਾਲ ਦਾ ਮਕਸਦ ਹੈ, ਜਦਕਿ ਬੀਜੇਪੀ ਤੇ ਕਾਂਗਰਸ ਨੇ ਵੀ ਕੇਜਰੀਵਾਲ ਨੂੰ ਪੰਜਾਬ ਦੇ ਦਲਿਤ ਵਿਰੋਧੀ ਦੱਸਿਆ। ਉਹਨਾਂ ਨੇ ਜੋ ਕਿਹਾ ਸਹੀ ਕਿਹਾ, ਪਰ ਮੈਂ ਉਸ ਤੋਂ ਵੀ ਅੱਗੇ ਕਹਿੰਦਾ ਵੀ ਉਹਦਾ ਕਿਸੇ ਨਾਲ ਵੀ ਪਿਆਰ ਨਹੀਂ, ਉਹਦਾ ਸਿਰਫ ਸੱਤਾ ਦੇ ਨਾਲ ਪਿਆਰ ਆ। ਇਹ ਕਦੀ ਵੀ ਲੋਕਾਂ ਦੇ ਨਾਲ ਜਿਹੜੇ ਆ ਇਹ ਲੋਕੀ ਨਹੀਂ ਖੜ ਸਕਦੇ, ਨਾਲ ਲੋਕਾਂ ਦਾ ਭਲਾ ਕਰ ਸਕਦੇ। ਦਿੱਲੀ ਦੀ ਜਨਤਾ ਤਰ੍ਹਾਂ ਤਰ੍ਹਾਂ ਕਰ ਰਹੀ ਹੈ, ਦਿੱਲੀ ਦੀ ਸੁਪਰੀਮ ਕੋਰਟ ਡਾਂਟ ਪਲਾ ਰਹੀ ਹੈ ਇਹਨਾਂ ਨੂੰ, ਔਰ ਦਿੱਲੀ ਦੀ ਸਰਕਾਰ ਦੇ ਉੱਪਰ ਸੁਪਰੀਮ ਕੋਰਟ ਨੇ ਨੁਕਤਾਚੀਨੀ ਕੀਤੀ ਹੈ, ਔਰ ਸੜਕਾਂ ਦੇ ਉੱਪਰ ਲੋਕ ਉਤਰੇ ਹੋਏ ਆ, ਔਰ ਕੇਜਰੀਵਾਲ ਜੀ ਇੱਥੋਂ ਜਾਨ ਬਚਾ ਕੇ ਭੱਜ ਕੇ ਉੱਤੇ ਸਹਾਰਾ ਲੱਭ ਰਿਹਾ। ਪੰਜਾਬੀਆਂ ਨੇ ਸਹਾਰਾ ਨਹੀਂ ਦੇਣਾ, ਪੰਜਾਬ ਪੰਜਾਬੀਆਂ ਦਾ। ਸੋ ਮੈਂ ਤਾਂ ਪਹਿਲੇ ਸ਼ੁਰੂ ਤੋਂ ਹੀ ਇਹ ਭਾਰਤੀ ਜਨਤਾ ਪਾਰਟੀ ਦਾ ਸਟੈਂਡ ਹੈ ਕਿ ਕੇਜਰੀਵਾਲ ਨੂੰ ਨਾ ਕਿਸੇ ਸਟੇਟ ਨਾਲ ਕੋਈ ਲੈਣਾ, ਨਾ ਕਿਸੇ ਗਵਰਨੈਂਸ ਨਾਲ ਕੋਈ ਲੈਣਾ। ਹੀ ਇਜ਼ ਅ ਓਪਰਚੁਨਿਸਟ, ਔਰ ਬੇਸਿਕਲੀ ਉਹ ਸੱਤਾ ਤੇ ਕਾਬਜ਼ ਹੋਣਾ ਚਾਹੁੰਦੇ ਨੇ ਵਿਦਆਊਟ ਕਿ ਜਨਤਾ ਦੀ ਸੇਵਾ ਜਾਂ ਜਨਤਾ ਦੀ ਦੁੱਖ ਤਕਲੀਫਾਂ ਦਾ ਉਹਨਾਂ ਨੂੰ ਕੋਈ ਅਹਿਸਾਸ ਨਹੀਂ। ਪੰਜਾਬ ਵਿੱਚ ਤਕਰੀਬਨ 32% ਦਲਿਤ ਵੋਟ ਨੇ। ਇਸ ਵੱਡੇ ਵੋਟ ਬੈਂਕ ਦੇ ਵਿੱਚ ਹਰ ਕੋਈ ਸਨ ਲਾਉਣੀ ਚਾਹੁੰਦਾ ਹੈ। ਕੇਜਰੀਵਾਲ ਵੱਲੋਂ ਵੀ ਮਰਹੂਮ ਕਾਂਸ਼ੀ ਰਾਮ ਦੇ ਘਰ ਦਾ ਦੌਰਾ ਕੀਤਾ ਗਿਆ ਸੀ, ਪਰ ਹੁਣ ਕਾਂਸ਼ੀ ਰਾਮ ਦੀ ਭੈਣ ਵੱਲੋਂ ਕੇਜਰੀਵਾਲ ਤੇ ਚੁੱਕੇ ਸਵਾਲਾਂ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ। ਵਿਮਲ ਕੁਮਾਰ ਦੇ ਨਾਲ ਪੰਕਜ ਕਪਾਹੀ, ਜ਼ੀ ਮੀਡੀਆ, ਦਿੱਲੀ।